रचना की थी, तो शासन जी बड़ा उद्यम करके बड़े उपराले करके गुरु गोबिंद सिंह जी महाराज जी ने फिर एक खालसे नू जन्म दिता है। इस वास्ते आओ सतगुरु पातशाह जी ये पंक्तियां उच्चारण कर रहे हैं, तो असी अरदास करिए खालसे दी विसाखी वाले पुरब ते कि सतगुरु जी जिहो जिहा तुसी चाहुंदे हो उहो जिहा खालसा असी बनण दा जतन करिए, ते असी कृपा करो साडे ते दयालता करो कि साडी सुरत बिरत मद बुद्ध ते प्रकाश करके ते तुसी आप ही साथों वधिया कार्ज ते वधिया काम ते जिहो जी रहत तुसी चाहुंदे तुसी आप रखवा लो, आप मेरा कर लो। ये अरदास विसाखी वाले दिन कर लईए ते फिर सतगुरु पातशाह जी आस्ता आस्ता खालसा सोए जो निंदा त्यागे, खालसा सोए लड़े हवै आगे, खालसा सोए परदृष्ट त्यागे, खालसा सोए नाम रत लागे, खालसा सोए निरधन को पालै, खालसा सोए दुष्ट को गालै, खालसा सोए जो चढ़े तुरंग, खालसा सोए करे नित जंग, प्रथम रहत जे जान खंडे की पौल शके, सोई सिंह प्रधान अवरना पौल जो रहे, रण में जाए न कबहू भजै, दृढ़ का क्षत्री धर्म सो गाजै, किते विपता पै जाए। कृपान धारण कर ली ते सतगुर पातशाह दे पासो ए भी मंगना के सतगुर पातशाह सीस हाजर है, कृपा करो किते पंथ दे मुसीबत आ जावे ते सीस हाजर है। कुरबान होण दी ए गुण भी अपने कोल रखना है, हर वक्त त्यार बरतार रहना है, रण में जाए ना कबहू भजै, मैदाने जंग किते लोड़ पा जावे ते खालसा फिर सूर वीरता दे नाल लड़े, रण में जाए ना कबहू भजै, रण में जाके भजना नहीं है, पिठ बिठा के ये वड्डा गुण खालसे नू सतगुरां ने बख्श कीता है, रण में जाए ना कबहू भजै, दृढ़ कर क्षत्री धर्म सो गाजै। तो सतसंग जी आओ श्रवण करो जी सतगुरु पातशाह जी बख्श कर रहे हैं। जुल देते न के प्रसाद, जुल देते
ਮਾਰਗ ਤਰੇ ਨਹੀਂ ਕੇ ਪ੍ਰਸਾਦ ਨਹੀਂ ਕੇ ਪ੍ਰਸਾਦ ਸੁਨ ਧਾਮ ਭਰੇ ਨਹੀਂ ਕੇ ਪ੍ਰਸਾਦ ਸੁਨ ਧਾਮ ਨਹੀਂ ਕੇ ਪ੍ਰਸਾਦ ਸਾ ਵਿਦਿਆ ਰਹੀ ਸ਼ਤਰ ਮਰੇ ਇਨਹੀਂ ਕੇ ਪ੍ਰਸਾਦ ਸਭ ਸ਼ਤਰ ਮਰੇ ਜੁਤ ਜਿਤੇ ਨਹੀਂ ਕੇ ਪ੍ਰਸਾਦ 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 ਪ੍ਰਸਾਦ ਮੈਨੇ ਕਿਰਪਾ ਸਤਿਗੁਰ ਕਹਿੰਦੇ ਸਰਬ ਲੋਕ ਗ੍ਰੰਥ ਦੇ ਵਿੱਚ ਇੱਕ ਹੋਰ ਸ਼ਬਦ ਬਖਸ਼ਿਸ਼ ਕਰ ਰਹੇ ਦੇਖੋ ਖਾਲਸੇ ਕੇ ਪ੍ਰਸਾਦ ਕਰ ਸੁੱਤ ਬਿਤ ਕੋਸ ਭੰਡਾਰ ਖਜ਼ਾਨੇ ਭਰ ਗਏ ਮੇਰੇ ਘਰ ਦੇ ਖਜ਼ਾਨੇ ਭਰ ਗਏ ਖਾਲਸੇ ਦੀ ਕਿਰਪਾ ਨਾਲ ਖਾਲਸੇ ਦੀ ਸੁੱਤ ਬਿਤ ਕੋਸ ਭੰਡਾਰ ਪੁੱਤਰਾਂ ਦੀ ਦਾਤਾਂ ਮਿਲ ਗਈਆਂ ਚਾਰ ਸਾਹਿਬ ਜ਼ਿਆਦੇ ਹੋ ਗਏ ਖਾਲਸੇ ਦੀ ਬੜੀ ਕਿਰਪਾ ਹੋਈ ਰਹਿਮਤ ਹੋ ਗਈ ਜਦੋਂ ਕੋਈ ਗੁਰਮੁਖ ਪਿਆਰਾ ਗੁਰਸਿੱਖ ਮਿਲੇ ਤੇ ਅਸੀਂ ਕਹਿੰਦੇ ਹਾਂ ਕਿ ਸਤ ਗੁਰੂ ਪਿਆਰੇ ਤੁਹਾਡੀ ਕਿਰਪਾ ਹੈ ਇਹ ਜੀ ਬੜਾ ਸੋਹਣਾ ਮਹਿਲ ਪਾਇਆ ਹੈ ਇਹ ਤੁਹਾਡੀ ਕਿਰਪਾ ਹੈ ਜੀ ਇਹ ਧਨ ਦੌਲਤ ਹੈ ਪੁੱਤਰ ਧੀਆਂ ਬੜਾ ਕਾਰੋਬਾਰ ਵਧੀਆ ਚੱਲ ਰਿਹਾ ਜੀ ਤੇ ਗੁਰਸਿੱਖ ਕਹਿੰਦੇ ਨਿਮਰਤਾ ਚ ਮਹਾਰਾਜ ਜੀ ਸਭ ਤੁਹਾਡੀ ਕਿਰਪਾ ਤੁਹਾਡੀ ਰਹਿਮਤ ਤੇ ਸਤਿਗੁਰ ਪਾਤਸ਼ਾਹ ਜੀ ਨਿਰਮਾਣਤਾ ਵਿੱਚ ਆ ਕੇ ਖਾਲਸੇ ਨੂੰ ਕਹੀ ਜਾਂਦੇ ਇਹ ਤੁਹਾਡੀ ਕਿਰਪਾ ਹੈ ਖਾਲਸਾ ਜੀ ਤੁਹਾਡੀ ਕਿਰਪਾ ਨਾਲ ਖਜ਼ਾਨੇ ਭਰ ਗਏ ਖਾਲਸੇ ਕੇ ਪ੍ਰਸਾਦ ਕਰ ਸੁੱਤ ਬਿਤ ਕੋਸ ਭੰਡਾਰ ਰਾਜ ਮਾਲ ਸਾਧਨ ਸਕਲ ਪੁੱਤਰ ਕਲੱਤਰ ਵਿਵਹਾਰ ਲਸ਼ਕਰ ਨੇਬ ਖਵਾਸ ਪ੍ਰਿਤ ਅੰਚੁਰ ਦਾਸੀ ਦਾਸ ਮਿੱਤਰ ਕੁਟੰਬ ਧਨ ਭਵਨ ਮਾਮ ਸਮਿਰਧ ਕਿਰਪਾ ਕਰਤਾਸ ਇਹ ਸੋਢੀ ਬੰਸ਼ ਜਿਹੜੀ ਚੱਲੀ ਹੈ ਇਹ ਕੁਟੰਬ ਜਿਹੜਾ ਚੱਲਿਆ ਆ ਰਿਹਾ ਤੁਹਾਡੀ ਕਿਰਪਾ ਨਾਲ ਚੱਲਿਆ ਆ ਰਿਹਾ ਇਹ ਕੁਟੰਬ ਸੋਢੀ ਪਰਿਵਾਰ ਸੋਢੀ ਬੰਸ਼ ਚੱਲ ਰਹੀ ਹੈ ਖਾਲਸਾ ਜੀ ਤੁਹਾਡੀ ਕਿਰਪਾ ਮਿੱਤਰ ਕੁਟੰਬ ਧਨ ਭਵਨ ਮਾਮ ਸਮਿਰਧ ਕਿਰਪਾ ਕਰਤਾਸ ਗ੍ਰਿਮਬਾਰੀ ਅਰ ਸਾਹਿਬੀ ਤਨ ਮਨ ਪਿੰਡ ਪ੍ਰਾਨ ਕਿਰਪਾਵੰਤ ਖਾਲਸ ਭਇਓ ਤੈ ਪ੍ਰਸਾਦ ਭਇਓ ਗੌਰ ਮੋਸੇ ਰੰਕ ਅਨਾਥ ਜਗ ਭਟਕਤ ਫਿਰਤ ਕਰੋਰ ਬਹੁਤ ਹੀ ਨਿਰਮਾਣਤਾ ਵਾਲਾ ਸ਼ਬਦ ਕਹਿ ਦਿੱਤਾ ਤੇ ਆ ਪੰਕਤੀ ਕਹਿ ਦਿੱਤੀ ਕਹਿੰਦੇ ਸਤਿਗੁਰ ਕਹਿੰਦੇ ਮੋਸੇ ਰੰਕ ਗਰੀਬ ਮੈਂ ਗਰੀਬ ਸਾਂ ਤੇ ਮੇਰੇ ਗਰੀਬ ਤੇ ਤੁਸੀਂ ਕਿਰਪਾ ਇਹੋ ਜਿਹੀ ਕੀਤੀ ਕਿ ਮੇਰੇ ਵਰਗੇ ਗਰੀਬ ਕਰੋੜਾਂ ਭਟਕਦੇ ਫਿਰਦੇ ਸਨ ਤੇ ਭਟਕਦੇ ਹੋਏ ਨੂੰ ਅਨਾਥ ਨੂੰ ਤੁਸਾਂ ਨੇ ਸਹਾਰਾ ਦੇ ਕੇ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਕੇ ਤੇ ਮੈਨੂੰ ਅੰਮ੍ਰਿਤ ਦੀ ਦਾਤ ਦੇ ਕੇ ਤੇ ਬਖਸ਼ਿਸ਼ ਕਰ ਦਿੱਤੀਆਂ ਮਿਹਰਾਂ ਕਰ ਦਿੱਤੀਆਂ ਖਾਲਸਾ ਜੀ ਤੁਸੀਂ ਬੜੀ ਦਿਆਲਤਾ ਕੀਤੀ ਮੋਸੇ ਰੰਕ ਅਨਾਥ ਜਗ ਭਟਕਤ ਫਿਰਤ ਕਰੋਰ ਇਹ ਸਾਰਾ ਸ਼ਬਦ ਕਹਿ ਕੇ ਤੇ ਸਤਿਗੁਰੂ ਹੁਣ ਆਖਣ ਲੱਗੇ ਧਿਆਨ ਦੇਣਾ ਜੀ ਹੁਣ ਕਿਹੜੀ ਗੱਲ ਆਖਣ ਲੱਗੇ ਖਾਲਸਾ ਜੀ ਇੰਨਾ ਕੁਝ ਤੁਹਾਡੀ ਕਿਰਪਾ ਨਾਲ ਹੋਇਆ ਪਰ ਮੈਨੂੰ ਖਾਲਸਾ ਇਹੋ ਜਿਹਾ ਚਾਹੀਦਾ ਆਤਮ ਰਸ ਜਿਹ ਜਾ ਨਹੀਂ ਸੋ ਹੈ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਨਾ ਭੇਵ ਜਜਨ ਭਜਨ ਮਮ ਖਾਲਸਾ ਖਾਲਸਾ ਪੁਜਬੇ ਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੈ ਸੋਗ ਜੁਤ ਜਿਤੇ ਨਹੀਂ ਕੇ ਪ੍ਰਸਾਦ ਜੁਤ ਜਿਤੇ ਨਹੀਂ ਕੇ ਪ੍ਰਸਾਦ ਇਨਹੀਂ ਕੇ ਪ੍ਰਸਾਦ ਸੋ ਵਿਦਿਆ ਨਹੀਂ ਇਨਹੀਂ ਕੇ ਪ੍ਰਸਾਦ ਸੋ ਵਿਦਿਆ ਨਹੀਂ ਇਨਹੀਂ ਕੇ ਪ੍ਰਸਾਦ
प्रसाद सब शतर मरे, इन्हीं के प्रसाद सब शतर मरे, जोत देते नहीं के प्रसाद, जोत देते नहीं के प्रसाद, जोत देते नहीं के प्रसाद। बचन उचारे वाहे गुरु का